महामारी की बीमारी दिन प्रतिदिन वधदी जा रही है, जिस दे तहत पंजाब सरकार दे हुक्मां दौरान SSP विक्रमजीत दुग्गल ने एक मुहिम चलाई है। इन्हां निर्देशां अनुसार सरदार पलविंदर सिंह चीमा SP ट्रैफिक अते अछरू राम DSP ट्रैफिक दी निगरानी हेठ इंस्पैक्टर रणजीत सिंह बहनीवाल इंचार्ज ट्रैफिक पटियाला ने शेरां वाले चौंक विखे जिथे व्यक्ति बिना मास्क तों सी उन्हां नूं बतौर गिफ्ट मास्क दिंदे होए इन्हां दे हत्थां विच बैनर दित्ते ने, जिस उपर कोरोना बीमारी संबंधी जागरूक करन लई वख-वख संदेश लिखे होए सी। ਇਹ ਵਿਅਕਤੀ ਜਿੱਥੇ ਆਪ ਜਾਗਰੂਕ ਹੋਏ ਨੇ ਉਹਨਾਂ ਨੇ ਲੋਕਾਂ ਨੂੰ ਵੀ ਕੋਰੋਨਾ ਬਿਮਾਰੀ ਸੰਬੰਧੀ ਜਾਗਰੂਕ ਕੀਤਾ ਹੈ। ਇਸ ਤਰ੍ਹਾਂ ਹੀ ਕੋਰੋਨਾ ਬਿਮਾਰੀ ਨੂੰ ਠੱਲ ਪਾਉਣ ਲਈ ਪਟਿਆਲਾ ਪੁਲਿਸ ਦੀ ਇਹ ਮੁਹਿੰਮ ਜਾਰੀ ਰਹੇਗੀ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਪਤਾ ਹੀ ਹੈ ਕੋਰੋਨਾ ਮਹਾਮਾਰੀ ਜੋ ਕਿ ਲਗਾਤਾਰ ਫੈਲਦੀ ਜਾ ਰਹੀ ਹੈ। ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਲਗਾਤਾਰ ਕੇਸ ਦੇ ਕੋਰੋਨਾ ਮਹਾਮਾਰੀ ਦੇ ਲਗਾਤਾਰ ਵਧਦੇ ਜਾ ਰਹੇ ਨੇ, ਪਰ ਪਟਿਆਲਾ ਪੁਲਿਸ ਵੱਲੋਂ ਅੱਜ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ। ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਈਏ ਕਿਸ ਤਰ੍ਹਾਂ ਤਸਵੀਰਾਂ ਨੇ ਦੇਖੀਆਂ ਨੇ। ਇਹ ਪਟਿਆਲਾ ਦੇ ਅਸੀਂ ਸ਼ੇਰਾਂ ਵਾਲਾ ਗਿਣ ਕੇ ਫੜਿਆ ਜਿੱਥੇ ਕਿ ਲੋਕਾਂ ਨੂੰ ਅੱਜ ਜਾਗਰੂਕ ਕੀਤਾ ਜਾ ਰਿਹਾ ਕੋਰੋਨਾ ਮਹਾਮਾਰੀ ਤੋਂ ਬਚਣ ਦੇ ਲਈ। ਟ੍ਰੈਫਿਕ ਇੰਚਾਰਜ ਰਣਜੀਤ ਸਿੰਘ ਗੋਇਲ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਖਾਸ ਤੌਰ 'ਤੇ ਉਪਰਾਲਾ ਕੀਤਾ ਜਾ ਰਿਹਾ। ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਈਏ, ਸਮਾਜਿਕ ਦੂਰੀ ਬਣਾਈ ਰੱਖੋ। ਸਮਾਜਿਕ ਦੂਰੀ ਦਾ ਮਤਲਬ ਕਿ ਕੋਰੋਨਾ ਮਹਾਮਾਰੀ ਲਗਾਤਾਰ ਫੈਲ ਰਹੀ ਹੈ, ਜਾਣੀ ਕਿ ਸਮਾਜਿਕ ਦੂਰੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਤੁਹਾਨੂੰ ਤੁਸੀਂ ਤਸਵੀਰ ਦਿਖਾ ਦਈਏ ਐਕਚੁਅਲ ਕੋਰੋਨਾ ਵਾਰੀਅਰ ਕੋਰੋਨਾ ਜਿਹੜੀ ਮਹਾਮਾਰੀ ਹੈ ਲਗਾਤਾਰ ਫੈਲ ਰਹੀ ਹੈ, ਇਸ ਤੋਂ ਬਚੋ, ਘਰ ਰਹੋ ਅਤੇ ਸੁਰੱਖਿਅਤ ਰਹੋ। ਜਾਣੀ ਕਿ ਜੇਕਰ ਕੋਰੋਨਾ ਤੋਂ ਬਚਣਾ ਹੈ ਤਾਂ ਘਰ ਰਹੋ। ਜਿਹੜੀ ਇਹ ਮਹਾਮਾਰੀ ਹੈ ਲਗਾਤਾਰ ਫੈਲਦੀ ਜਾ ਰਹੀ ਹੈ, ਬਹੁਤ ਹੀ ਜ਼ਰੂਰੀ ਕੰਮ ਹੋਵੇ ਤਾਂ ਘਰੋਂ ਨਿਕਲੋ। ਤੁਸੀਂ ਤਸਵੀਰ ਤੁਹਾਨੂੰ ਦਿਖਾ ਦਈਏ ਥਾਵਾਂ 'ਤੇ ਮਾਸਕ ਪਾ ਕੇ ਜੋ ਸਿਹਤ ਦੀਆਂ ਗਾਈਡਲਾਈਨਾਂ ਦਿੱਤੀਆਂ ਗਈਆਂ ਨੇ ਵੀ ਮਾਸਕ ਦੀ ਵਰਤੋਂ ਕਰੋ, ਸੈਨੀਟਾਈਜ਼ਰ ਦੀ ਵਰਤੋਂ ਕਰੋ। ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਸਾਡੇ ਨਾਲ ਮੌਜੂਦ ਨੇ ਟ੍ਰੈਫਿਕ ਇੰਚਾਰਜ ਰਣਜੀਤ ਸਿੰਘ ਜੀ, ਦੇਖਿਆ ਜੇ ਉਪਰਾਲਾ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਹੀ ਹੈ। ਜਿਵੇਂ ਤੁਹਾਨੂੰ ਪਤਾ ਮਿਸਟਰ ਫਤਿਹ ਦੇ ਤਹਿਤ ਆਪਾਂ ਜਿਹੜੀ ਕੋਰੋਨਾ ਵਾਇਰਸ ਦੀ ਬਿਮਾਰੀ ਹੈ ਪੰਜਾਬ ਸਰਕਾਰ ਦਾ ਹੁਕਮ ਉਹਨਾਂ ਦੀ ਇਹਨਾਂ ਪਾਲਣਾ ਕਰਦੇ ਹੋਏ ਕਿ ਤੁਸੀਂ ਮਾਸਕ ਬਹੁਤ ਜ਼ਰੂਰੀ ਹੈ ਇਸ ਬਿਮਾਰੀ ਦੇ ਤਹਿਤ, ਸੋਸ਼ਲ ਡਿਸਟੈਂਸ ਬਹੁਤ ਜ਼ਰੂਰੀ ਹੈ ਅਤੇ ਆਮ ਜਿਹੜੀ ਜਗ੍ਹਾ ਹੈ ਉੱਥੇ ਥੁੱਕਣਾ ਮਨਾ, ਕਿਉਂਕਿ ਇਸ ਨਾਲ ਬਿਮਾਰੀ ਫੈਲਦੀ ਹੈ। ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਵਿਕਰਮਜੀਤ ਸਿੰਘ ਦੁੱਗਲ SSP ਸਾਹਿਬ ਪਟਿਆਲਾ ਅਤੇ SP ਚੀਮਾ ਸਾਹਿਬ, SP ਟ੍ਰੈਫਿਕ, DSP ਅਛਰੂ ਰਾਮ ਜੀ, ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੇ ਹੋਏ ਹੁਕਮਾਂ ਦੀ ਇਹਨਾਂ ਬਿੰਨ ਪਾਲਣਾ ਕਰਦੇ ਹੋਏ ਅੱਜ ਜਿਹੜੇ ਵਿਅਕਤੀ ਬਿਨਾਂ ਮਾਸਕ ਤੋਂ ਮਿਲੇ ਅਸੀਂ ਉਹਨਾਂ ਨੂੰ ਮਾਸਕ ਗਿਫਟ ਕੀਤੇ ਨੇ, ਨਾ ਉਹਨਾਂ ਨੂੰ ਜਾਗਰੂਕ ਕੀਤਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਬਹੁਤ ਭਿਆਨਕ ਬਿਮਾਰੀ ਹੈ। ਉਹਨਾਂ ਨੂੰ ਅਸੀਂ ਹੱਥਾਂ ਦੇ ਵਿੱਚ ਇਹ ਬੈਨਰ ਵਗੈਰਾ ਫੜਾ ਕੇ ਅਤੇ ਇਹਦੇ ਨਾਲ ਅਸੀਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ, ਉਹ ਵੀ ਲੋਕਾਂ ਨੂੰ ਪੱਟੀਆਂ ਦਿਖਾ ਕੇ ਅਵੇਅਰ ਕਰ ਰਹੇ ਨੇ ਕਿ ਇਹ ਬਿਮਾਰੀ ਭਿਆਨਕ ਬਿਮਾਰੀ ਹੈ, ਇਹ ਤੋਂ ਬਚੋ। ਇਹ ਜਿਹੜੀਆਂ ਦਿੱਤੀਆਂ ਹੋਈਆਂ ਗਾਈਡਲਾਈਨਸ ਨੇ ਸਰਕਾਰ ਵੱਲੋਂ ਉਹਨਾਂ ਦੀ ਇਹਨਾਂ ਬਿੰਨ ਪਾਲਣਾ ਦੁੱਗਲ ਸਾਹਿਬ ਕਰਾ ਰਹੇ ਨੇ। ਅਸੀਂ ਤੁਹਾਡਾ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਠੱਲ ਪਾਉਣ ਵਾਸਤੇ ਸਾਡੇ ਨਾਲ ਯੋਗਦਾਨ ਪਾ ਰਹੇ ਹੋ, ਅਸੀਂ ਤੁਹਾਡਾ ਵੀ ਕੋਟੀ ਕੋਟੀ ਧੰਨਵਾਦ। ਸੋ ਬਿਲਕੁਲ, ਜਿਸ ਤਰ੍ਹਾਂ ਕੋਰੋਨਾ ਮਹਾਮਾਰੀ ਲਗਾਤਾਰ ਫੈਲਦੀ ਜਾ ਰਹੀ ਹੈ, ਇਹਨਾਂ ਵੱਲੋਂ ਜਿਹੜਾ ਪਹਿਲਕਦਮੀ ਕੀਤੀ ਜਾ ਰਹੀ ਹੈ, ਤੁਹਾਨੂੰ ਇੱਕ ਵਾਰੀ ਪੂਰੀ ਫਰੰਟ ਜਿਹੜੀ ਹੈ ਤਸਵੀਰ ਦਿਖਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਗੇਟ ਦੇਖੇ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਵਾਕਈ ਜੋ ਸ਼ਲਾਘਾ ਜੋ ਕਦਮ ਹੈ ਟ੍ਰੈਫਿਕ ਪੁਲਿਸ ਪਟਿਆਲਾ ਵੱਲੋਂ ਜਿਹੜਾ ਹਮੇਸ਼ਾ ਹੀ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਜਿਹੜਾ ਉਪਰਾਲੇ ਕੀਤੇ ਜਾਂਦੇ ਨੇ। ਸੋ ਚੜ੍ਹਦੀ ਕਲਾ ਟਾਈਮ TV ਵੱਲੋਂ ਵੀ ਤੁਹਾਨੂੰ ਅਪੀਲ ਹੈ ਕਿ ਜੋ ਕੋਰੋਨਾ ਮਹਾਮਾਰੀ ਫੈਲ ਰਹੀ ਹੈ ਉਸ ਤੋਂ ਬਚੋ ਅਤੇ ਜੋ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਦਿੱਤੀਆਂ ਨੇ ਉਸ ਦੀ ਇਨ ਬਿਨ ਪਾਲਣਾ ਕਰੋ। ਚੜ੍ਹਦੀ ਕਲਾ ਟਾਈਮ TV ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।